ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਗਵਰਨਰ ਦਾ ਵੀ ਭਾਸ਼ਣ ਸੀਗਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਉਹ ਉਸ ਦੀ ਕਾਪੀਆਂ ਜਿਹੜੀ ਭਾਸ਼ਣ ਦੀਆਂ ਕਾਪੀਆਂ ਸੀਗੀਆਂ ਉਹ ਲੈ ਕੇ ਆਏ ਨੇ ਔਰ ਵਿਧਾਨ ਸਭਾ ਦੇ ਬਾਹਰ ਉਨੂੰ ਆਗ ਲਗਾ ਰਹੇ ਨੇ ਇਹ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੋ ਹਰਪਾਲ ਚਿਮਾ ਜੀ ਆ ਉਹ ਨਿਤਧਵ ਕਰ ਰਿਹਾ ਜੋ ਕਿ ਵਿਰੋਧੀ ਧਰ ਦੇ ਨੇਤਾ ਹੈਗੇ ਆ ਆ ਜਿਹੜਾ ਭਾਸ਼ਣ ਹੈ ਗਵਰਨਰ ਸਾਹਿਬ ਦਾ ਹੋ ਚੁੱਕਿਆ ਹੈ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਇਹ ਲੰਚ ਦੇ ਬਾਅਦ ਤੱਕ ਜਿਹੜੀ ਆ ਉਹ ਸਟੇਟ ਕਰ ਦਿੱਤੀ ਗਈ ਆ ਔਰ ਜਿਸ ਕਰਕੇ ਹੁਣ ਲੰਚ ਤੋਂ ਬਾਅਦ ਜਿਹੜਾ ਹੈ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਹੈ ਸ਼ੰਧਾਲੀਆਂ ਤੇ ਸਾਧ ਦੁਆਰਾ ਸ਼ੁਰੂ ਹੋਗੀ ਇਨ ਬਿਟਵੀਨ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਉਹ ਰਾਸ਼ਟਰਪਤੀ ਦਾ ਜਿਹੜਾ ਵਿਭਾਸ਼ਣ ਹੈ ਉਹਨੂੰ ਅੱਗ ਲਗਾ ਰਹੇ ਨੇ ਅੱਗ ਦੇ ਹਵਾਲੇ ਕਰ ਰਹੇ ਨੇ ਮੈਂ ਆਪਣੇ ਕੈਮਰਾਮੈਨ ਮੇਰਾ ਕੈਮਰਾਮੈਨ ਲਗਾਤਾਰ ਸਾਨੂੰ ਉਹ ਤਸਵੀਰਾਂ ਦਿਖਾ ਰਹੇ ਨੇ ਜਿਹੜੀਆਂ ਕਿ ਉਹ ਅੱਗ ਦੇ ਹਵਾਲੇ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬਦਾਇ ਕਿ ਨੇ ਉਹ ਉਹਨਾਂ ਨੇ ਇਹਨਾਂ ਨੂੰ ਲਗਾਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖਦੇ ਆਂ ਉਹ ਕੀ ਕਹਿੰਦੇ ਆ ਸਾਡੇ ਨਾਲ ਹਰਪਾਲ ਚਿਮਾ ਜੀ ਆ ਚਿਮਾ ਜੀ ਇਹ ਜਿਹੜੀ ਤੁਸੀਂ ਅੱਜ ਅਗ ਲਗਾਇਆ ਜਿਹੜੇ ਆਪੀ ਭਾਸ਼ਣ ਨੂੰ ਇਸ ਦੇ ਪਿੱਛੇ ਕੀ ਕਾਰਨ ਹੈ ਦੇਖੋ ਲਗਾਤਾਰ ਪੰਜਵੀਂ ਵਾਰ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਝੂਠ ਦਾ ਪਲੰਦਾ ਪੇਸ਼ ਕਰਕੇ ਗਏ ਨੇ ਝੂਠ ਬੋਲ ਕੇ ਗਏ ਨੇ ਲਗਾਤਾਰ ਚਾਰ ਵਾਰ ਪਹਿਲਾਂ ਝੂਠ ਬੋਲਿਆ ਆ ਪੰਜਵੀਂ ਵਾਰ ਝੂਠ ਬੋਲਿਆ ਅਸੀਂ ਉਹਦਾ ਇੱਥੇ ਉਹਨੂੰ ਪਾੜਿਆਗਾ ਉਹਨੂੰ ਸਾੜਿਆਗਾ ਕਿਉਂਕਿ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ 5 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਨੇ ਕਿ ਉਹਦਾ ਪਰਦਾ ਜਿਹੜਾ ਫਾਸੇ ਚੁਰਾਹੇ ਚ ਵਿੱਚ ਕੀਤਾਗਾ ਇਸ ਦਾ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ 2017 ਚ ਜਿਹੜੇ ਵਾਦੇ ਕੈਪਟਨ ਸਾਹਿਬ ਨੇ ਕੀਤੇ ਸੀ ਪੰਜਾਬ ਦੇ ਲੋਕਾਂ ਨੂੰ ਤੁਰੰਤ ਪੂਰੇ ਕੀਤੇ ਜਾਣ 4 ਸਾਲਾਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਕੋਈ ਸੁਧ ਬੁਤਨੀ ਲਈ ਕੋਈ ਸਾਰ ਨਹੀਂ ਲਈ ਆ ਅੰਤਮ ਸਾਲ ਆ ਪੰਜਾਬ ਸਰਕਾਰ ਦਾ ਅੰਤਮ ਸਾਲ ਆ ਕੈਪਟਨ ਸਾਹਿਬ ਜਿਹੜਾ ਆਖਰੀ ਸਾਹਾਂ ਤੇ ਉਹਨਾਂ ਦੀ ਸਰਕਾਰ ਚੱਲ ਰਹੀ ਆ ਪੂਰੇ 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 ਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਸਾਫ ਹੋ ਰਹੀ ਆ ਔਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਵੈਂਟੀਲੇਟਰ ਤੇ ਪਈ ਆ ਆਖਰੀ ਸਾਹਾਂ ਤੇ ਜੂਝ ਰਹੀ ਆ ਚਲੋ ਥੈਂਕ ਯੂ ਐਸੀ ਹੈ ਹਰਪਾਲ ਚੰਮਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਚ ਜਿਹੜੀ ਕਾਂਗਰਸ ਪਾਰਟੀ ਆ ਉਹ ਵੈਂਟੀਲੇਟਰ ਤੇ ਆ ਅੰਤਿਮ ਸਾਹਾਂ ਤੇ ਆ ਮੈਂ ਦਿਨੇਸ਼ ਕੋਲ ਕੈਮਰਾਮੈਨ ਉਮਰ ਯਾਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर ਬਾਬਾ ਸੁਲਤਾਨ ਬੰਗਾਲੀ ਇੱਕ ਹੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੀ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰ ਨਹੀਂ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਬੰਨ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਗੁੱਸੇ ਨੂੰ ਮਣਾਉਣਾ ਫੋਨ 9560392450 9560392451 ਜਾ ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਤੋ ਕਹਾਈ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 987680458058558838617